ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੇ ਬਰਫੀਲੇ ਤੂਫਾਨ ਕਾਰਨ ਨਿਊਯਾਰਕ ਸੂਬੇ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ ਬਿਆਨ ਦੇ ਮੁਤਾਬਕ ਰਾਸ਼ਟਰਪਤੀ ਜੋਬਸ ਆਰ ਬਾਈਡਨ ਯੂਨੀਅਰ ਨੇ ਕੋਸ਼ਨਾ ਨਿਊਯਾਰਕ ਰਾਜ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਅਤੇ 23 ਦਸੰਬਰ 2022 ਨੂੰ ਸ਼ੁਰੂ ਹੋਏ ਬਰਫੀਲੇ ਤੂਫਾਨ ਦੇ ਨਤੀਜੇ ਵਜੋਂ ਫੈਦਾ ਹੋਈਆਂ ਸੰਕਟਕਾਲੀਨ ਸਥਿਤੀਆਂ ਕਾਰਨ ਰਾਜ ਅਤੇ ਸਥਾਨਕ ਪ੍ਰਤੀਕਿਰਿਆ ਯਤਨਾਂ ਨੂੰ ਪੂਰਕ ਕਰਨ ਦੇ ਲਈ ਸੰਗੀ ਸਹਾਇਤਾ ਦਾ ਆਦੇਸ਼ ਦਿੱਤਾ ਹੈ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੀ ਕਾਰਵਾਈ ਹੋਮਲੈਂਡ ਸਿਕਿਉਰਿਟੀ ਵਿਭਾਗ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਉਹਨਾਂ ਸਾਰੇ ਆਫਤ ਰਾਹਤ ਯਤਨਾਂ ਦਾ ਤਾਲਮੇਲ ਕਰਨ ਲਈ ਅਧਿਕਾਰਤ ਕਰਦੀ ਹੈ ਜਿਨ੍ਹਾਂ ਦਾ ਉਦੇਸ਼ ਸਥਾਨਕ ਆਬਾਦੀ ਤੇ ਐਮਰਜੈਂਸੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਨੂੰ ਦੂਰ ਕਰਨਾ ਦੁੱਖ ਨੂੰ ਘਟਕ ਕਰਨਾ ਤੇ ਲੜਿੰਦੇ ਸੰਕਟ ਕਾਲੇ ਨੂੰ ਪਵਾਮਾ ਦੇ ਲਈ ਉਚਿਤ ਸਹਾਇਤਾ ਪ੍ਰਦਾਨ ਕਰਨਾ ਹੈ ਪਹਿਲਾ ਅਧਿਕਾਰ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਘੱਟੋ ਘੱਟ 12 ਰਾਜਾਂ ਜਿਹੜੇ ਨੇ ਉਹਨਾਂ ਚ ਮਿਸ਼ੀਗਨ ਮਸੂਰੀ ਵੀ ਆਉਂਦੇ ਨੇ ਨਿਊਯਾਰਕ ਵੀ ਆਉਂਦਾ ਹੈ OYO ਟੈਨਸ ਅਤੇ ਵਿਸਕਾਸਨ ਚ ਕੁੱਲ 5 ਮੌਤਾਂ ਹੋਈਆਂ ਨੇ ਉੱਤਰ ਪੂਰਬੀ ਨਿਊਯਾਰਕ ਰਾਜ ਦੇ ਬਫੈਲੋ ਸ਼ਹਿਰ ਵਿੱਚ ਹਫ਼ਤੇ ਦੇ ਅੰਤ ਵਿੱਚ 1 ਮੀਟਰ ਤੋਂ ਵੱਧ ਬਰਫ਼ ਦਿਗਣ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਨੇ